ਤਾਨੂੰ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਪੌਂਟੇ ਸਾਹਿਬ ਦੇ ਅਸਥਾਨ ਤੇ ਜਦੋਂ ਗੁਰੂ ਸਾਹਿਬ ਨੇ ਬਖਸ਼ਾ ਵਰਤਾਇਆ ਜਯਦਰਥ ਨਾਮ ਦਾ ਸ਼ੇਰ ਜਿਹੜਾ ਆ ਉਹ ਉਹਨੂੰ ਸਤਗੁਰੂ ਪਾਤਸ਼ਾਹ ਜੀ ਨੇ ਸੋਧਾ ਲਾਇਆ ਕਿਉਂਕਿ ਉਹ ਆਦਮ ਖੋਰ ਸੀ ਉਥੋਂ ਦੇ ਰਹਿਣ ਵਾਲੇ ਲੋਕਾਂ ਨੂੰ ਮਾਰ ਕੇ ਖਾ ਜਾਂਦਾ ਸੀ ਇਸ ਕਰਕੇ ਗੁਰੂ ਸਾਹਿਬ ਨੇ ਉਹ ਉਹ ਉਹਨੂੰ ਸਾਤਗੁਰੂ ਪਾਤਸ਼ਾਹ ਜੀ ਨੇ ਸਾਧ ਸੰਗਤ ਜਦ ਸੋਧਾ ਲਾਇਆ ਉਹਦਾ ਸ਼ਿਕਾਰ ਕੀਤਾ ਇਹ ਮਹਿਮਾ ਗੁਰੂ ਸਾਹਿਬ ਦੇ ਚਾਰੇ ਪਾਸੇ ਫੈਲ ਗਈ ਦੂਰ ਦੂਰ ਤੱਕ ਇੱਕ ਰਿਖੀਆ ਜਿਹੜਾ 100 ਸਾਲ ਤੋਂ ਵੀ ਜ਼ਿਆਦਾ ਉਮਰ ਦਾ ਹੋ ਗਿਆ ਉਹਦਾ ਗੁਰੂ ਸਾਹਿਬ ਨੇ ਪਾਰ ਉਤਾਰਾ ਕੀਤਾ ਸਾਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਮੇਦਨੀ ਪ੍ਰਕਾਸ਼ ਰਾਜਾ ਤੇ ਫਤਿਹ ਸ਼ਾ ਜਿਹੜਾ ਆ ਉਹਨਾਂ ਦੀ ਸੁਲਾਹ ਕਰਵਾ ਦਿੱਤੀ ਖੂਨ ਖਰਾਬਾ ਹੋਣ ਤੋਂ ਟਲ ਗਿਆ ਇਦਾਂ ਦੇ ਬੜੇ ਮਹਿਮਾ ਜਿਹੜੀ ਮਾਰੀ ਦੇ ਚਾਰੇ ਪਾਸੇ ਦੂਣਦਿਆਂ ਪਹਾੜਾਂ ਦੇ ਵਿੱਚ ਸਾਹਸੰਗਤ ਜੀ ਚਾਰੇ ਪਾਸੇ ਫੈਲਣੀ ਸ਼ੁਰੂ ਹੋ ਗਈ ਹੈ ਤੇ ਪੌਂਟੇ ਸਾਹਿਬ ਤੋਂ 7-8 ਕੋਹ ਦੀ ਦੂਰੀ ਤੇ ਸਢੌਰਾ ਨਾਮ ਦਾ ਨਗਰ ਆ ਜਿਹਨੂੰ ਸਾਹਸੰਗਤ ਜੀ ਸਾਦਾਵਰ ਇਦਾਂ ਦੇ ਨਾਮ ਦੇ ਨਾਲ ਵੀ ਪੁਕਾਰਿਆ ਜਾਂਦਾ ਰਿਹਾ ਕਿਉਂ ਕਿ ਉੱਥੇ ਬੁੱਧੀਆਂ ਦੇ ਮੰਦਰ ਸਨ ਉਥੇ ਉਹ ਰਹਿੰਦੇ ਰਹੇ ਨੇ ਪਹਿਲਾਂ ਉਹਨਾਂ ਦੇ ਉਥੇ ਉਹ ਟਿਕਾਣੇ ਸਨ ਉਥੇ ਸਾਧ ਜਿਹੜੇ ਨੇ ਬੜੇ ਰਹਿੰਦੇ ਰਹੇ ਨੇ ਇਸ ਕਰਕੇ ਉਹਨੂੰ ਅੱਜ ਜਿਹੜਾ ਨਾਮ ਸਢੌਰਾ ਪੁਕਾਰਿਆ ਜਾਂਦਾ ਸੀ ਉਥੋਂ ਦਾ ਇੱਕ ਪੇਰ ਆ ਸਾਧ ਸੰਗਤ ਜਿੰਨੇ ਗੁਰੂ ਸਾਹਿਬ ਦੀ ਮਹਿਮਾ ਨੂੰ ਬੜਾ ਸੁਣਿਆ ਉਹਨੂੰ ਪਤਾ ਸੀ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕੌਣ ਹੋਏ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸ਼ਹਾਦਤ ਦੇ ਬਾਰੇ ਵਿੱਚ ਉਹਨੇ ਸੁਣਿਆ ਹੋਇਆ ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ 1920 ਬਰਸ ਦੇ ਰਾਜਕੁਮਾਰ ਕਹਿ ਲੋ ਕਿ 1920 ਬਰਸ ਦੇ ਰੱਬੀ ਨੂਰ ਖੁਦਾ ਜਿਹੜਾ ਆਪ ਇਸ ਦੁਨੀਆ ਤੇ ਆਇਆ ਉਹਦੇ ਬਾਰੇ ਵੀ ਸੁਣਿਆ ਏ ਉਹਨਾਂ ਦੀ ਜੋ ਮਹਿਮਾ ਉਥੇ ਦੂਨ ਦੇ ਪਹਾੜਾਂ ਵਿੱਚ ਫੈਲ ਰਹੀ ਹੈ ਕਿਉਂਕਿ ਉਹਨੇ ਸੁਣਿਆ ਤੇ ਗੁਰੂ ਘਰ ਦੀ ਮਹਿਮਾ ਪਹਿਲਾਂ ਹੀ ਸੁਣੀ ਹੋਈ ਹੈ ਗੁਰੂ ਨਾਨਕ ਸਾਹਿਬ ਤੋਂ ਲਿਆ ਕਰਕੇ ਪਰ ਹੁਣ ਤਾਂ ਗੁਰੂ ਮਹਾਰਾਜ ਦੇ ਨੇੜੇ ਨੇ 7-8 ਕੋਹ ਦੇ ਦੂਰੀ ਤੇ ਸਿਰਫ ਤੇ ਪਿਆਰਿਓ ਉਹ ਰੋਜ਼ ਹੀ ਸਤਗੁਰੂ ਪਾਤਸ਼ਾਹ ਜੀ ਦੇ ਬਾਰੇ ਵਿੱਚ ਸੁਣਦਾ ਹੈ ਬੁੱਧੂ ਸ਼ਾਹ ਨੂੰ ਰੋਜ਼ ਜਦੋਂ ਗੁਰੂ ਸਾਹਿਬ ਦੀ ਕੋਈ ਨਾ ਕੋਈ ਮਹਿਮਾ ਸੁਣਾਈ ਦਿੰਦੀ ਤੇ ਸੁਣ ਕੇ ਯਕੀਨ ਕਰ ਲੈਂਦਾ ਕਿਉਂਕਿ ਕਈ ਵਾਰੀ ਸੁਣੀ ਤੇ ਯਕੀਨ ਹੁੰਦਾ ਨਹੀਂ ਪਰ ਉਹ ਜੀ ਕਹਿਣ ਤਾਂ ਕਰਦਾ ਕਿਉਂਕਿ ਇਹਦੇ ਜਿਹੜੇ ਨੇੜੇ murid ਨੇ ਇੱਥੋਂ ਤੱਕ ਜਿਹੜੇ ਇਹਨੂੰ ਬੜਾ ਜਾਣ ਪਛਾਣ ਵਾਲੇ ਨੇ ਉਹ ਵੀ ਗੁਰੂ ਸਾਹਿਬ ਦੇ ਕੋਲ ਹੋ ਕੇ ਆਏ ਨੇ ਹੁਣ ਉਹਨਾਂ ਕੋਲੋਂ ਵੀ ਉਹੀ ਬਚਨ ਉਹੀ ਗੱਲਾਂ ਸੁਣਨ ਨੂੰ ਮਿਲਦੀਆਂ ਗੁਰੂ ਸਾਹਿਬ ਦੇ ਬਾਰੇ ਵਿੱਚ ਜੋ ਜ਼ਿਆਦਾ ਲੋਕ ਦੱਸਦੇ ਨੇ ਤੇ ਇਹਨੂੰ ਹੁਣ ਯਕੀਨ ਆ ਗਿਆ ਕਿ ਜੋ ਕਹਿੰਦੇ ਨੇ ਗੁਰੂ ਸਾਹਿਬ ਦੇ ਬਾਰੇ ਵਿੱਚ ਸੱਚੇ ਕਹਿੰਦੇ ਨੇ ਮਾਰੇ ਦਾ ਉਹ ਫੌਜ ਇਕੱਠੀ ਕਰਨਾ ਗੁਰੂ ਸਾਹਿਬ ਦਾ ਠਾਠ ਬਾਠ ਦੇ ਨਾਲ ਰਹਿਣਾ ਇਹ ਸਾਰਾ ਕੁਝ ਇਹਨੂੰ ਸੁਣਿਆ ਹੈ ਇਹ ਪਿਆਰੋ ਇਹ ਇਹ ਵੀ ਕਹਿੰਦੇ ਨੇ ਬੜਾ ਪ੍ਰਸਿੱਧ ਸੀ ਇੱਥੇ ਸਢੌਰੇ ਦੇ ਵਿੱਚ ਬੜੇ ਜਿਹੜੇ ਰਾਜੇ ਨੇ ਬਾਦਸ਼ਾਹ ਨੇ ਜਿਹੜੇ ਉਸਾਹ ਸੰਗਤ ਇਹਨੂੰ ਮੰਨਦੇ ਸਨ ਤੇ murid ਬੜੇ ਬਣੇ ਹੋਏ ਨੇ ਦੇ ਬਹੁਤ ਜ਼ਿਆਦਾ ਕਹਿਣ ਦਾ ਭਾਵ ਕਿ ਇਹਦੇ ਕੋਲ ਆਣ ਕੇ ਸਿੱਖਿਆ ਲੈਂਦੇ ਸਨ ਜਾਚ ਸਿੱਖਦੇ ਸਨ ਕਿ ਆਪਣੇ ਮਨ ਤੇ ਕਿਵੇਂ ਕਾਬੂ ਪਾਉਣਾ ਹੈ ਆਪਣੇ ਮਨ ਨੂੰ ਕਿਵੇਂ ਸਮਝਾਣਾ ਹੈ ਇਨੂੰ ਧਿਆਨ ਲਾਉਣ ਦਾ ਪਤਾ ਹੈ ਇਹਨੂੰ ਇਹਨੂੰ ਆਪਣੇ ਪਿਛੋਕਰ ਤੋਂ ਵੀ ਸਾਖ ਸੰਗਤ ਤੇ ਦਾਤਾਂ ਮਿਲੀਆਂ ਹੋਈਆਂ ਨੇ ਧਾਰਮਿਕ ਗ੍ਰੰਥਾ ਗ੍ਰੰਥਾ ਨੂੰ ਪੜ੍ਹਿਆ ਹੋਇਆ ਹੈ ਇਹਨੇ ਪੂਰੇ ਸਭ ਕੁਝ ਜਾਣਦਾ ਹੈ ਉਹਨਾਂ ਦੇ ਬਾਰੇ ਵਿੱਚ ਧਿਆਨ ਵੀ ਲਾਉਂਦਾ ਹੈ ਪਰ ਇੱਕ ਗੱਲ ਇਹਨੂੰ ਸਾਖ ਸੰਗਤ ਅੱਜ ਵੀ ਸਤਾਉਂਦੀ ਹੈ ਕਿ ਮਨ ਜਿਹੜਾ ਆ ਇਹ ਇੰਦਰੀਆਂ ਨੂੰ ਇਹ ਚ ਇਹ ਚਲਾਉਂਦਾ ਹੈ ਤੇ ਮਨ ਹੈ ਕੀ ਹੈ ਮਨ ਆਪ ਖੁਦ ਕੱਲਾ ਹੀ ਹੈ ਜਾਂ ਏ ਇਹਦੇ ਪਿੱਛੇ ਕੁਝ ਹੋਰ ਵੀ ਹੈਗਾ ਇੱਕੋ ਗੱਲ ਜਿਹੜੇ ਇਹਨੂੰ ਵਾਰ-ਵਾਰ ਸਤਾਉਂਦੇ ਆ ਉਹਦੀ ਖੋਜ ਵਿੱਚ ਫਿਰ ਬੜਿਆਂ ਨੂੰ ਮਿਲਦਾ ਹੈ ਤੇ ਪਿਆਰੋ ਕਹਿੰਦੇ ਨੇ ਹਿੰਦੂ ਭਾਈਚਾਰੇ ਦੇ ਵਾਸਤੇ ਵੀ ਇਹਦੇ ਇਹਦੇ ਨੇੜੇ ਇੱਕ ਲੰਗਰ ਖੁੱਲਦਾ ਸੀ ਵੱਖਰਾ ਜਿਹੜਾ ਉੱਥੋਂ ਉਹ ਹਿੰਦੂ ਆਪ ਖੁਦ ਪਕਾਉਂਦੇ ਸਨ ਤੇ ਉੱਥੇ ਕਈ ਬ੍ਰਾਹਮਣਾਂ ਨੇ ਆਉਣਾ ਕਈਆਂ ਦੇ ਨਾਲ ਇਹਨੇ ਫਿਰ ਚਰਚਾ ਵਿਚਾਰ ਕਰਨੀ ਬ੍ਰਹਮ ਦਾ ਗਿਆਨ ਕੀ ਆ ਬ੍ਰਹਮ ਕੀ ਆ ਇਹਦੇ ਬਾਰੇ ਗੱਲਾਂ ਕਰਨੀਆਂ ਪਰ ਮਨ ਨੂੰ ਤਸੱਲੀ ਜੇ ਨਹੀਂ ਆਉਂਦੀ ਅਖੀਰ ਹੁਣ ਇੱਕ ਸੀ ਉਹ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਿਹਦੇ ਬਾਰੇ ਵਿੱਚ ਨੇ ਹੁਣ ਸੁਣਿਆ ਤੇ ਜੀ ਕਰਦਾ ਸੀ ਕਿ ਮੈਂ ਜਾਵਾਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ دیدار ਕਰਾਂ ਤੇ ਉਹਨਾਂ ਦੇ ਅੱਗੇ ਆਪਣਾ ਇਹ ਸਵਾਲ ਰੱਖ ਦੇਵਾਂ ਕਿ ਗੁਰੂ ਸਾਹਿਬ ਸੱਚੇ ਪਾਤਸ਼ਾਹ ਇਹ ਜਿਹੜਾ ਮੇਰਾ ਸਵਾਲ ਆ ਇਹਦਾ ਉੱਤਰ ਜਿਹੜਾ ਮੈਨੂੰ ਗੁਰੂ ਘਰ ਦੇ ਵਿੱਚੋਂ ਲੱਭ ਜਾਵੇ ਤੇ ਕਹਿੰਦੇ ਨੇ ਸਾਧ ਸੰਗਤ ਜੀ ਫਿਰ ਗਿਆਏ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਪੌਂਟਾ ਸਾਹਿਬ دیਵਾਨ ਸੱਜਿਆ ਹੋਇਆ ਏ ਜਦੋਂ ਇਹ ਗੁਰੂ ਸਾਹਿਬ ਦੇ دیدار ਕਰਨ ਲੱਗਾ ਹੈ ਨਾ دیਵਾਨ ਸੱਜਿਆ ਤੇ ਪਿਆਰਿਓ ਆਪਣੇ ਮureed ਕੁਝ ਨਾਲ ਲੈ ਗਿਆ ਪਹਿਲਾਂ ਤੇ ਗੁਰੂ ਸਾਹਿਬ ਨੂੰ ਇਦਾਂ ਜਦੋਂ ਮਨ ਵਿੱਚ ਸੀ ਕਿ ਗੁਰੂ ਸਾਹਿਬ ਮੇਰਾ ਜਵਾਬ ਦੇ ਦੇਣਗੇ ਪਰ ਜਦੋਂ ਜਿੱਦਾਂ دیਵਾਨ ਦੇ ਵਿੱਚ ਜਾਂਦਾ ਹੈ ਕਿ ਵੇਖਦਾ ਹੈ ਚੜਦੀ ਕਲਾ ਵਾਲੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਦੀਵਾਨ ਸਜਿਆ ਬੜੇ-ਬੜੇ ਸਿੱਖ ਵਿਦਵਾਨ ਜਿਹੜੇ ਨੇ ਕਵੀ ਜਿਹੜੇ ਨੇ ਉੱਥੇ ਪਹੁੰਚੇ ਹੋਏ ਨੇ ਬੜੇ-ਬੜੇ ਵਿਦਵਤਾ ਰੱਖਣ ਵਾਲੇ ਜਿਹੜੇ ਬੜੇ-ਬੜੇ ਉੱਚੇ ਗਿਆਨ ਦੇ ਮਾਲਕ ਨੇ ਪਿਆਰੇ ਉਹ ਸਾਰੇ ਉੱਥੇ ਗੁਰੂ ਦਰਬਾਰ ਵਿੱਚ ਨੇ ਤੇ ਮਾਰੇ ਸੱਚੇ ਪਾਤਸ਼ਾਹ ਓਚਾ ਤਖਤ ਲਾ ਕੇ ਬਿਰਾਜੇ ਹੋਏ ਆ ਕਲਗੀ ਸਤਿਗੁਰੂ ਪਾਤਸ਼ਾਹ ਜੀ ਦੇ ਅਸੀਸ ਤੇ ਸੁੰਦੇ ਆ ਸੋਭਾ ਪਾਉਂਦੇ ਆ ਮਾਰੇ ਨੇ ਸ਼ਾਸਤਰ ਪੈਨੇ ਹੋਏ ਨੇ ਗੁਰੂ ਸਾਹਿਬ ਦੇ ਕੋਲ ਘੋੜੇ ਜਿਹੜੇ ਨੇ ਉਹ ਸਾ ਬਾਜ ਜਿਹੜੇ ਉਹ ਸਾਰਾ ਕੁਝ ਵੇਖ ਕੇ ਨਾ ਕੁਝ ਕੋਈ ਸਵਾਲ ਮਨ ਵਿੱਚ ਉਠਣ ਲੱਗ ਪਏ ਨੇ ਪਰ ਫਿਰ ਵੀ ਸੋਚਿਆ ਕਿ ਮਨ ਹੁਣ ਇਹ ਹੀ ਰਾਹ ਆ ਇੱਕ ਜਿੱਥੋਂ ਇਹ ਮਨ ਜਿਹੜਾ ਆ ਤੇਰਾ ਜਵਾਬ ਤੈਨੂੰ ਮਿਲੇਗਾ ਪਹਿਲਾਂ ਤੇ ਜੀ ਕੀਤਾ ਗੁਰੂ ਸਾਹਿਬ ਦੀ ਚੜ੍ਹਦੀ ਕਲਾ ਵੇਖ ਕੇ ਸੇਰ ਛੁਕਾਇਆ ਜਾਵੇ ਪਰ ਫਿਰ ਕਿ ਮਨ ਵਿੱਚ ਇਹ ਖਿਆਲ ਆ ਗਿਆ ਕਿ ਮੇਰੇ ਮੁਰੇਦ ਕੀ ਸੋਚਣਗੇ ਕਿ ਮੈਂ ਇਹਨਾਂ ਨੂੰ ਸਿਰ ਝੁਕਾ ਦਿੱਤਾ ਸਾਰੇ ਮੈਨੂੰ ਆਣ ਕੇ ਮੰਦਰ ਵਿੱਚ ਇਹਨਾਂ ਨੂੰ ਮੰਨਿਆ ਕਹਿੰਦੇ ਨੇ ਫਰਾਤ ਅੱਗੇ ਵਧਾ ਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਮਿਲਿਆ ਮਹਾਰਾਜ ਜੀ ਆਇਆਂ ਨੂੰ ਆਖਿਆ ਕੁਝ ਘੜੀਆਂ ਕੁਝ ਵਿਚਾਰਾਂ ਹੋਈਆਂ ਫਿਰ ਇਹਨੇ ਸਤਗੁਰਾਂ ਦੇ ਅੱਗੇ ਬੇਨਤੀ ਕੀਤੀ ਹੈ ਪਾਤਸ਼ਾਹ ਇੱਕ ਸਵਾਲ ਲੈ ਕੇ ਆਇਆ ਕਿ ਮਨ ਜਿਹੜਾ ਇਹ ਸੰਪੂਰਨ ਤੌਰ ਤੇ ਕਿਉਂ ਨਹੀਂ ਟਿਕਿਆ ਹੋਇਆ ਇਹ ਇਹਦਾ ਇਹਦਾ ਅਸਲੇ ਪੜਾ ਜਿਹੜਾ ਉਹ ਕੀ ਹੈ ਮਹਾਰਾ ਸੱਚੇ ਪਾਤਸ਼ਾਹ ਜੀ ਆਖ ਲਗੇ ਹੁਕਮ ਨੂੰ ਬੁੱਝਣਾ ਹੁਕਮ ਨੂੰ ਸਮਝ ਲੈਣਾ ਸੱਚੇ ਪਾਤਸ਼ਾਹ ਹੁਕਮ ਹੁਕਮ ਕੀ ਹੁੰਦਾ ਹੈ ਮਹਾਰਾ ਸੱਚੇ ਪਾਤਸ਼ਾਹ ਕਹਿਣ ਲਗੇ ਹੁਕਮ ਉਹ ਹੁੰਦਾ ਜਿਵੇਂ ਤੁਸੀਂ ਆਪਣੇ ਮੁਰੀਦਾਂ ਨੂੰ ਹੁਕਮ ਕਰਦੇ ਹੋ ਸੱਚੇ ਪਾਤਸ਼ਾਹ ਮੈਂ ਸਮਝਿਆ ਨਹੀਂ ਮਹਾਰਾ ਕਹਿੰਦੇ ਤੁਸੀਂ ਇਹਨਾਂ ਨੂੰ ਸਮਝਾਉਂਦੇ ਸੀ ਤੁਹਾਨੂੰ ਖੁਦ ਨਹੀਂ ਸਮਝ ਲੱਗੀ ਸੱਚੇ ਪਾਤਸ਼ਾਹ ਜੀ ਕਹਿਣ ਲਗੇ ਪੀਰ ਜੀ ਜਿਵੇਂ ਤੁਸੀਂ ਆਪਣੇ ਮুরিਦਾਂ ਨੂੰ ਹੁਕਮ ਕਰਦੇ ਹੋ ਹੁਕਮ ਜਦੋਂ ਤੁਸੀਂ ਆਪਣੇ ਮুরিਦਾਂ ਨੂੰ ਕਰਦੇ ਹੋ ਤੁਹਾਡਾ ਹੁਕਮ ਮੰਨਦੇ ਨੇ ਤੇ ਤੁਹਾਡੀ ਮਿਹਰ ਲੈਂਦੇ ਨੇ ਜਦੋਂ ਤੁਸੀਂ ਉਹਨਾਂ ਨੂੰ ਹੁਕਮ ਕਰਦੇ ਜਿਹੜਾ ਤੁਹਾਡੇ ਹੁਕਮ ਦੇ ਵਿੱਚ ਚੱਲਦਾ ਤੁਸੀਂ ਉਹਦੇ ਤੇ ਕਿਰਪਾ ਵਰਤਾਂਦੇ ਹੋ ਨਾ ਇਦਾਂ ਹੀ ਖੁਦਾ ਦੇ ਹੁਕਮ ਦੇ ਵਿੱਚ ਜਿਹੜਾ ਰਹਿ ਜਿੰਦਾ ਏ ਜਿਹੜਾ ਉਹਦੇ ਹੁਕਮ ਨੂੰ ਸਮਝ ਲੈਂਦਾ ਮਾਰੇ ਕਹਿਣ ਲੱਗੇ ਉਦੇ ਤੇ ਉਹਦੀ ਕਿਰਪਾ ਵਰਤ ਜਾਂਦੀ ਹੈ ਉਹਨੂੰ ਇਹ ਮੰਨ ਦੀ ਸਮਝ ਆ ਜਾਂਦੀ ਜਿਹੜਾ ਭੇਦ ਤੁਸੀਂ ਖੋਲਣਾ ਚਾਹੁੰਦੇ ਹੋ ਨਾ ਜਿਹੜੇ ਗੰਢ ਤੁਸੀਂ ਖੋਲਣਾ ਚਾਹਦੇ ਮਾਰ ਕੇ ਕਹਿੰਦੇ ਉਹ ਹੁਕਮ ਨੂੰ ਬੁੱਝਣ ਦੇ ਨਾਲ ਉਹਦਾ ਹੁਕਮ ਮੰਨਣ ਦੇ ਨਾਲ ਉਹਦਾ ਹੁਕਮ ਹੈ ਕਿ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਉਹਦਾ ਹੁਕਮ ਹੈ ਕਿ ਆ ਕੋਈ ਸਮਝ ਤੇ ਆਵੇ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਿੰਨੀ ਦੇਰ ਤੱਕ ਪਿਆਰਿਓ ਸਤ ਗੁਰਾਂ ਨੇ ਇਹਦੇ ਨਾਲ ਇਹ ਗੋਸ਼ਟੀ ਕੀਤੀ ਵਿਚਾਰ ਕੀਤੀ ਮਨ ਦੇ ਉੱਪਰ ਅਖੀਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਸਮਝਾਉਂਦੇ ਰਹੇ ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤਮੇ ਬਾਣੀ ਦੇ ਬੋਲ ਗੁਰੂ ਸਾਹਿਬ ਨੇ ਸੁਣਾਏ ਨਾਨਕ ਹੁਕਮੈ ਜੇ ਬੁੱਝੈ ਤਾ ਮੈਂ ਕਹਿ ਨ ਕੋਈ ਮਰਜ ਹੁਕਮ ਕਿਵੇਂ ਬੁੱਝਿਆ ਜਾਵੇ ਹੁਕਮ ਨੂੰ ਕਿਵੇਂ ਸਮਝੀਏ ਤੇ ਪਾਤਸ਼ਾਹ ਜੀ ਕਹਨ ਲਗੇ ਹੁਕਮ ਨੂੰ ਸਮਝਿਆ ਜਾ ਸਕਦਾ ਧਿਆਨ ਲਾ ਕੇ ਮਹਾਰਾਜ ਧਿਆਨ ਤੇ ਬੜਾ ਅਲਾਈਦਾ ਭੜੇ-ਭੜੇ ਗ੍ਰੰਥ ਪੜ੍ਹ-ਪੜ੍ਹ ਕੇ ਬੜਾ ਕੁਝ ਕੰਮ ਕਰ ਕਰਕੇ ਧਿਆਨ ਲਾ ਲਾ ਕੇ ਵੇਖਿਆ ਏ ਪਰ ਸੱਚੇ ਪਾਤਸ਼ਾਹ ਹੁਕਮ ਫਿਰ ਕਿਵੇਂ ਸਮਝਿਆ ਜਾਵੇ ਤੁਸੀਂ ਕਹਿੰਦੇ ਧਿਆਨ ਲਾਉਣਾ ਮarre ਧਿਆਨ ਲਾਉਨੇ ਸੱਚੇ ਪਾਤਸ਼ਾਹ ਕਹਾਂ ਲੱਗੇ ਧਿਆਨ ਲਾਉਣਾ ਆ ਪਰ ਕੂੜ ਦੇ ਪਾਲ ਨੂੰ ਤੋੜਨਾ ਪਵੇਗਾ ਮarre ਕਹਿਣ ਲੱਗੇ ਧਿਆਨ ਸੰਪੂਰਨ ਤੌਰ ਤੇ ਉਦੋਂ ਲੱਗੇਗਾ ਜਦੋਂ ਅੰਦਰੋਂ ਮੈਂ ਨਿਕਲ ਜਾਵੇ ਮਹਾਰਾਜ ਮੈਂ ਕਿਵੇਂ ਮਰੇਗੀ ਮੈਂ ਕਿਵੇਂ ਨਿਕਲੇਗੀ ਸੱਚੇ ਪਾਤਸ਼ਾਹ ਕਹਣ ਲੱਗੇ ਮੈਂ ਜਿਹੜੇ ਆ ਉਹ ਹੈ ਕਿ ਜਦੋਂ ਤੁਸੀਂ ਇੱਥੇ ਆਏ ਹੋ ਸਾਨੂੰ ਮਿਲਣ ਵਾਸਤੇ ਮਨ ਵਿੱਚ ਇੱਕ ਖਿਆਲ ਆਇਆ ਕਿ ਮੇਰੇ ਨਾਲ murid ਨੇ ਜੇਕਰ ਮੈਂ ਇਹਨਾਂ ਨੂੰ ਇਹਨਾਂ ਦਾ ਬਹੁਤਾ ਸਤਿਕਾਰ ਕੀਤਾ ਤੇ ਇਹ ਕੀ ਸੋਚਣਗੇ ਮੇਰੇ ਬਾਰੇ ਵਿੱਚ ਇਦਾਂ ਨੇ ਹੰਗਤਾ ਇਦਾਂ ਦੇ ਮੈਂ ਜਿਹੜੇ ਆ ਥੋੜਾ ਜਿਹਾ ਕਿਨਕਾ ਤੁਹਾਡੇ ਮਨ ਵਿੱਚ ਆਇਆ ਪਾਸ਼ਾ ਕਹਿੰਦੇ ਕਿ ਬਸ ਉਹ ਹੀ ਆ ਜਿਹੜਾ ਗੰਡ ਨੂੰ ਖੁੱਲਣ ਨਹੀਂ ਦਿੰਦਾ ਕਿ ਮੈਂ ਕੁਝ ਹਾਂ ਮਾਰਕ ਕਹਣ ਲੱਗੇ ਇਹ ਕੁਝ ਨਹੀਂ ਹੈਗਾ ਪਾਸ਼ਾ ਜੀ ਕਹਿਣ ਲੱਗੇ ਜਦੋਂ ਜਦੋਂ ਨਾ ਤੁਸੀਂ ਇਹ ਧਿਆਨ ਸੰਪੂਰਨ ਤੌਰ ਤੇ ਤੁਹਾਡਾ ਲੱਗੇਗਾ ਜਦੋਂ ਮੈਂ ਅੰਦਰ ਖਤਮ ਹੋ ਜੇਗੀ ਮਾਰਕ ਕਹਿੰਦਿਆ ਤੁਸੀਂ ਜਦੋਂ ਇੱਥੇ ਆਏ ਹੋ ਤੁਹਾਨੂੰ ਦਿਸਿਆ ਸੀ ਨਾ ਕਿ ਇਹਨਾਂ ਦੇ ਕਲਗੇ ਇਹਨਾਂ ਦੇ ਫੌਜ ਇਹਨਾਂ ਦੇ ਕਵੀ ਪਾਸ਼ਾ ਕਹਿਣ ਲੱਗੇ ਨਾ ਮੇਰੀ ਫੌਜ ਨਾ ਮੇਰੇ ਕਵੀ ਨੇ ਮਾਰਕ ਕਹਣ ਲੱਗੇ ਨਾ ਅਸੀਂ ਉਸ ਸ਼ੇਰ ਦਾ ਸ਼ਿਕਾਰ ਕੀਤਾ ਨਾ ਹੀ ਅਸੀਂ ਰਿਖੀ ਦਾ ਉਦਾਹਰਨ ਕੀਤਾ ਹੈ ਕਹਿਣ ਲੱਗੇ ਸਭ ਕੁਝ ਅਕਾਲ ਪੁਰਖ ਨੇ ਕਰ ਕੀਤਾ ਹੈ ਸਭ ਕੋਈ ਕਰਨ ਵਾਲਾ ਉਹੀ ਹੈ ਮਾਰ ਸੱਚੇ ਪਾਸਾ ਕਹਿਣ ਲੱਗੇ ਜਦੋਂ ਇਹ ਮੈਂ ਅੰਦਰੋਂ ਖਤਮ ਹੋ ਜਾਵੇਗੀ ਕਿ ਕਿੰਨਾ ਸਮਾਂ ਨਾ ਇਦਾਂ ਵਿਚਾਰ ਚੱਲਦੇ ਰਿਹਾ ਅਖੀਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਸਮਝਾ ਕੇ ਸਾਖੀ ਵਿੱਚ ਜਿਵੇਂ ਲਿਖਿਆ ਕਿ ਗੁਰੂ ਸਾਹਿਬ ਨੇ ਇਹਦਾ ਪੇਰ ਦਾ ਸੱਜਾ ਹੱਥ ਆਪਣੇ ਹੱਥ ਤੇ ਰੱਖ ਕੇ ਗੁਰੂ ਸਾਹਿਬ ਨੇ ਦੋਨੋਂ ਹੱਥਾਂ ਦੇ ਨਾਲ ਇਦਾ ਹੱਥ ਘੁੱਟਿਆ ਤੇ ਪ੍ਰੇਮ ਦੇ ਵਿੱਚ ਘੁੱਟਿਆ ਪਿਆਰ ਤੇ ਗੁਰੂ ਸਾਹਿਬ ਨੇ ਆਖਿਆ ਵਾਹਿਗੁਰੂ ਆਖੋ ਵਾਹਿਗੁਰੂ ਕਹੋ ਜਿਵੇਂ ਪਿਆਰੋਏ ਨੇ ਵਾਹਿਗੁਰੂ ਆਖਿਆ ਤੇ ਇੱਕ ਚਰਨਾਹਟ ਜਿਹੀ ਛੜੀ ਜਿਵੇਂ ਆਪਣੇ ਅੰਦਰੋਂ ਕੁਝ ਨਿਕਲ ਕੇ ਬਾਹਰ ਗਿਆ ਹੁੰਦਾ ਉਹ ਕਹੇ ਮੈਂ ਮੇਰੀ ਉਹ ਕਹੇ ਹਉਮੈ ਉਹ ਜਿਹੜੀ ਮੈਲ ਸੀ ਥੋੜੀ ਜਿਹੀ ਉਹ ਨਿਕਲ ਕੇ ਜਦ ਇਦਾਂ ਜਾਪਿਆ ਇਹਨਾਂ ਨੂੰ ਪੀਰ ਜੀ ਨੂੰ ਕਿ ਜਿਵੇਂ ਉਹ ਸਾਹਮਣੇ ਕੁਝ ਪਰਾਂ ਖੜਾਏ ਉਹ ਯਤਨ ਕਰਦਾ ਨੇੜੇ ਆਉਣ ਦਾ ਪਰ ਜੇ ਉਹ ਨੇੜੇ ਆਉਂਦਾ ਤੇ ਫਿਰ ਮਨ ਮੈਲਾ ਹੁੰਦਾ ਇਦਾਂ ਪਿਆਰੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਸੰਪੂਰਨ ਤੌਰ ਤੇ ਗਿਆਨ ਜਿਹੜਾ ਆ ਧਿਆਨ ਜਿਹੜਾ ਆ ਇਹ ਜਾਚ ਗੁਰੂ ਸਾਹਿਬ ਨੇ ਸਿਖਾ ਦਿੱਤੀ ਪੀਰ ਜੀ ਨੂੰ ਉਦੋਂ ਤੋਂ ਫਿਰ ਪੀਰ ਬੁੱਧੂ ਸਾਹਿਬ ਸਤਗੁਰੂ ਮਹਾਰਾਜ ਦਾ murid ਹੋ ਗਿਆ ਜਿਵੇਂ ਇਹਦੇ ਬੜੇ murid ਨੇ ਇਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ murid ਬਣ ਗਏ ਇਹ ਧੰਨ ਗੁਰੂ ਕਲਗੀ ਤਰਪਾ ਸਾਹਿਬ ਜੀ ਦੇ ਚਰਨਾਂ ਦਾ ਪਉੜਾ ਹੋ ਗਿਆ। ਇਹ ਅੱਜ ਦਾ ਅਧਿਆਇ ਆ ਪਿਆਰਿਓ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਸਮਾਂ ਆਏਗਾ ਪਿਆਰਿਓ ਕਿ ਇਹਨੇ ਪੇਰ ਬੁੱਧੂ ਸ਼ਾਹ ਨੇ ਫਿਰ ਬੜੀਆਂ ਕੁਰਬਾਨੀਆਂ ਦਿੱਤੀਆਂ ਨੇ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰੇਮ ਵਿੱਚ ਇੰਨਾ ਕੋ ਭਿੱਜ ਗਿਆ। ਇੰਨਾ ਕੋ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਸਨੇਹ ਪੈ ਗਿਆ ਇਹਦਾ ਇਹਦਾ ਕਿ ਪਿਆਰਿਓ ਆਪਣਾ ਪਰਿਵਾਰ ਤੱਕ ਕੁਰਬਾਨ ਕਰਨ ਨੂੰ ਤਿਆਰ ਹੋ ਗਿਆ। ਆਪਣਾ ਆਪ ਗੁਰੂ ਸਾਹਿਬ ਤੋਂ ਨਿਸ਼ਾਵਰ ਕਰਨ ਨੂੰ ਤਿਆਰ ਹੋ ਗਿਆ ਕਿਉਂਕਿ ਮੈਂ ਬੇਨਤੀ ਕਰ ਰਿਹਾ ਆਂ ਕਿ ਨੇਮ ਨਹੀਂ ਟੁੱਟਣਾ ਚਾਹੀਦਾ ਨੇਮ ਜਿਹੜਾ ਆ ਤੇ ਨੇਮ ਉਦੋਂ ਹੀ ਬਣਦਾ ਜਦੋਂ ਪ੍ਰੇਮ ਬਣੇਗਾ ਤੇ ਪ੍ਰੇਮ ਬਣਾਉਣ ਲਈ ਸਾਥ ਸੰਗਤ ਜੀ ਆਪਣਾ ਨੇਮ ਜਿਹੜਾ ਉਹਨੂੰ ਜਾਰੀ ਰੱਖਣਾ ਪਵੇਗਾ ਹੁਣ ਨੇਮ ਜਿਹੜਾ ਏ ਉਹਦੇ ਵਿੱਚ ਧਿਆਨ ਕਿਵੇਂ ਲੱਗੇ ਕਿਉਂਕਿ ਇਹ ਨੇਮ ਜਦੋਂ ਟੁੱਟ ਜਾਂਦਾ ਤੇ ਮਨ ਖਿੰਡਣਾ ਸ਼ੁਰੂ ਹੋ ਜਾਂਦਾ ਤੁਸੀਂ ਮੈਂ ਬੇਨਤੀ ਕਰ ਰਿਹਾ ਸਭ ਪਿਆਰਿਓ ਕਿ ਔਕੜਾਂ ਜਿਹੜੀਆਂ ਨੇ ਉਹਨਾਂ ਨੂੰ ਗੁਰਸਿੱਖ ਲੰਘ ਕੇ ਆਉਂਦਾ ਹੈ ਬੜਾ ਹੁਣ ਆ ਦੋ ਤਿੰਨ ਦਿਨਾਂ ਤੋਂ ਸਰਦੀ ਇਕਦਮ ਪੈਣੀ ਸ਼ੁਰੂ ਹੋ ਗਈ ਤੇ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਝਖੜ ਝਾਂਗੀ ਮੀਹ ਹੋ ਵਰਸੈ ਭੀ ਗੁਰ ਦੇਖਣ ਜਾਈ ਸਮੁੰਦ ਸਾਗਰ ਹੋਵੇ ਬੁਖਾਰਾ ਗੁਰਸਿੱਖ ਲੰਘ ਗੁਰ ਪੈ ਜਾਈ ਤੇ ਅੱਗੇ ਇਹ ਵੀ ਬਚਨ ਆਉਂਦਾ ਕਹਿੰਦੇ ਪਾਲਾ ਕੱਕਰ ਵਰਫ ਵਰ